ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਕੈਪਟਨ ਸਾਹਿਬ ਗਰੀਬ ਲੋਕਾਂ ਲਈ ਕਰ ਦਿੱਤਾ ਵੱਡਾ ਲਾਨ ਪੂਰੀ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਪੰਜਾਬ ਵੱਲੋਂ ਅੱਜ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ ਇੱਕ ਨਵੀਂ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਦੇ ਨਾਲ ਅਜਿਹੇ ਵਰਗਾਂ ਲਈ 25000 ਤੋਂ ਵਧੇਰੇ ਮਕਾਨਾਂ ਦੀ ਉਸਾਰੀ ਦਾ ਰਾਹ ਪੱਧਰਾ ਹੋ ਗਿਆ ਇਸ ਨੀਤੀ ਦੇ ਤਹਿਤ ਨਿਰਮਾਨਕਾਰੀਆਂ ਤੇ ਅਠਾਟੀਆਂ ਵੱਲੋਂ EWS ਹਾਊਸਿੰਗ ਦੇ ਲਈ ਪ੍ਰੋਜੈਕਟ ਖੇਤਰ ਵਿੱਚ 5% ਦੀ ਨਿਰਮਾਨ ਲੋੜਿੰਦਾ ਹੋਵੇਗਾ। ਸੋ ਦੋਸਤੋ ਮੀਟਿੰਗ ਦੀ ਫੋਟੋ ਤੁਹਾਡੇ ਫੋਨ ਦੀ ਡਿਸਪਲੇ ਤੇ ਆ ਰਹੀ ਆ। ਇੰਨਾ ਘਰਾਂ ਦਾ ਨਿਰਮਾਣ ਟੁਕਮੇ-ਮਾਪ ਦੀਆਂ ਥਾਵਾਂ ਵਿੱਚ ਕੀਤਾ ਜਾਵੇਗਾ ਜਿਸ ਵਿੱਚ ਸਮਾਜਿਕ ਬੁਨਿਆਦੀ ਢਾਂਚਾ ਜਿਵੇਂ ਸਕੂਲ ਕਮਿਊਨਿਟੀ ਸੈਂਟਰ ਡਿਸਪੈਂਸਰੀਆਂ ਟੁਕਮੀਆਂ ਥਾਵਾਂ ਤੇ ਬਣਾਈਆਂ ਜਾਣਗੀਆਂ ਤਾਂ ਜੋ ਲਾਭਪਾਤਰੀਆਂ ਨੂੰ ਸੁਖਾਵਾਂ ਜੀਵਨ ਯਕੀਨੀ ਬਣਾਇਆ ਜਾ ਸਕੇ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਪਹੁੰਚਾਈ ਪਹੁੰਚ ਮੁਹੱਈਆ ਕਰਵਾਈ ਜਾਵੇਗੀ ਤੇ ਇਹ ਫੈਸਲਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ ਇਸ ਨਵੀਂ ਨੀਤੀ ਦੇ ਤਹਿਤ ਘਰਾਂ ਦੀ ਉਸਾਰੀ ਬ੍ਰਿਕਲੈਸ ਤਰੀਕ ਦੇ ਤਹਿਤ ਕੀਤੀ ਜਾਵੇਗੀ ਜਿਸ ਖਾਤਰ ਯੋਗ ਪ੍ਰੋਜੈਕਟ ਪ੍ਰਬੰਧਨ ਏਜੰਸੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਇਸ ਕਾਰਜ ਯੋਗ ਪਰਿਵਾਰਾਂ ਨੂੰ ਮੁਹੱਈਆ ਕਰਵਾਏ ਜਾਣਗੇ ਜਿਨ੍ਹਾਂ ਦਾ ਮਨਸਾਬ ਰੇਟਾਂ ਤੇ ਮਹੀਨੇਵਾਰ ਕਿਸ਼ਤਾਂ ਦੇ ਜ਼ਰੀਏ ਬੈਂਕ ਵੱਲੋਂ ਵਿੱਤੀ ਮੁਹੱਈਆ ਕਰਵਾਇਆ ਜਾਵੇਗਾ ਇਸ ਨੀਤੀ ਦੇ ਤਹਿਤ ਯੋਗ ਲਾਪਾਤਰੀ ਵੱਲੋਂ ਪੰਜਾਬ ਵਿੱਚ ਜਨਮ ਦਾ ਸਬੂਤ ਜਾਂ ਅਰਜੀ ਦੇਣ ਦੀ ਮਿਤੀ 10 ਸਾਲ ਪਹਿਲਾਂ ਸੂਬੇ ਵਿੱਚ ਰਹਿائش ਦਾ ਸਬੂਤ ਦੇਣਾ ਹੋਵੇਗਾ ਜਿਵੇਂ ਆਧਾਰ ਕਾਰਡ ਰਾਸ਼ਨ ਕਾਰਡ ਦੀ ਕਾਪੀ VOTER ਸੂਚੀ ਡਰਾਈਵਿੰਗ ਲਾਇਸੈਂਸ ਦੀ ਕਾਪੀ ਆਦਿ ਸਮੇਂ-ਸਮੇਂ ਤੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਆਏ ਨਿਯਮਾਂ ਦੇ ਅਨੁਸਾਰ ਸਰੋਤਾਂ ਤੋਂ ਪਰਿਵਾਰਕ ਆਮਦਨ 3 ਲੱਖ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ ਬਿਨੇ ਘਰ ਪਤੀ ਪਤਨੀ ਜਾਂ ਨबालਕ ਬੱਚੇ ਦਾ ਨਾ ਪੰਜਾਬ ਜਾਂ ਚੰਡੀਗੜ੍ਹ ਦੇ ਵਿੱਚ ਪਹਿਲਾ ਕੋਈ ਫਰੀ ਹੋਲਡ ਲੀਜ਼ ਹੋਲਡ ਪਲਾਟ ਰਹਾਇਸ਼ੀ ਪਲਾਟ ਬਸੇਰਾ ਜ਼ੁਨਟ ਨਹੀਂ ਹੋਣਾ ਚਾਹੀਦਾ ਬਿਨੇਕਾਰ ਵੱਲੋਂ ਇਹਨਾਂ ਪਹਿਲਵਾਂ ਦੀ ਸਵੈ ਤਸਦੀਕ ਕੀਤੀ ਜਾਵੇਗੀ ਬਿਨੇ ਪੱਤਰਾ ਨੂੰ ਅਧਿਕਾਰਤ ਬੈਂਕਾਂ ਦੇ ਵੱਲੋਂ ਪ੍ਰਾਪਤ ਤਸਦੀਕ ਕੀਤਾ ਜਾਵੇਗਾ ਕੇਵਲ ਉਹੀ ਬਿਨੇ ਪੱਤਰ ਡਰਾ ਜਾਂ ਹੋਰ ਤਰੀਕੇ ਨਾਲ ਹੋਣ ਵਾਲੀ ਅਲਾਟਮੈਂਟ ਲਈ ਵਿਚਾਰਿਆ ਜਾਵੇਗਾ ਜਿਸ ਲਈ ਬੈਂਕ ਵੱਲੋਂ ਕਰਜ਼ਾ ਮਹਈਆ ਕਰਵਾਇਆ ਜਾਵੇਗਾ ਸਹਿਮਤੀ ਪੱਤਰ ਜਾਰੀ ਹੋਣ ਦੇ 40 ਦਿਨ ਦੇ ਵਿੱਚ ਵਿੱਚ ਬਿਨੇਕਾਰ ਵੱਲੋਂ ਯਕਮੁਕਤ ਅਦਾਇਗੀ ਕੀਤੀ ਜਾਵੇਗੀ ਬਿਨੇਕਾਰ ਦਾ ਵਿਅਵਤਾ ਹੋਣਾ ਲਾਜ਼ਮੀ ਹੈ ਬਿਨੇ ਪੱਤਰ ਦੇ ਵਿੱਚ ਪਤੀ ਪਤਨੀ ਵੱਲੋਂ ਸਾਂਝਾ ਹੋਵੇਗਾ ਨਵੀਂ ਨੀਤੀ ਤਹਿਤ ਅਲਾਟ ਰਹਿਸ਼ੀ ਜੁਨਟ ਨੂੰ 15 ਸਾਲ ਦੇ ਸਮੇਂ ਤੱਕ ਵੇਚਣਾ ਤੋਹਫਾ ਗਹਿਣੇ ਰੱਖਣਾ ਤਬਦੀਲ ਜਾਂ ਲੰਮੀ ਲੀਜ਼ ਤੇ ਦੇਣ ਦੀ ਮਨਾਹੀ ਹੋਵੇਗੀ ਸਿਵਾਏ ਪਰਿਵਾਰ ਦੇ ਵਿੱਚ ਲਾਪਾਤਰੀ ਦੀ ਮੌਤ ਦੀ ਸੂਰਤ ਵਿੱਚ ਸਰਕਾਰ ਦੇ ਵੱਲੋਂ ਨਵੀਂ ਨੀਤੀ ਦੇ ਤਹਿਤ ਵਿਕਰੀ ਕੀਮਤ ਤੇ ਨਿਸ਼ਚਿਤ ਕੀਤੀ ਜਾਵੇਗੀ ਜਿਸ ਖਾਤਰ ਜ਼ੁਨਟਾਂ ਦੇ ਉਸਾਰੀ ਸਥਾਨਕ ਨੂੰ ਵਿਕਸਿਤ ਕਰਨਾ ਅਤੇ ਸਾਂਝਾ ਬੁਨਿਆਦੀ ਢਾਂਚਾ ਜਿਵੇਂ ਸਕੂਲ ਅਤੇ ਕਮਿਊਨਿਟੀ ਸੈਂਟਰ ਆਦਿ ਆਈ ਲਾਗਤ ਦੇ ਅਨੁਪਾਤ ਤੋਂ ਇਲਾਵਾ ਪ੍ਰਬੰਧਕੀ ਚਾਰਜ ਜਿਵੇਂ ਪੀਐਮਸੀ ਇਸ਼ਤਿਹਾਰ ਲਾਗਤ ਦੇ ਪ੍ਰੋਜੈਕਟ ਦੀ ਕੁੱਲ ਲਾਗਤ 5% ਦੀ ਨਾਲੋਂ ਜ਼ਿਆਦਾ ਨਹੀਂ ਹੋਵੇਗੀ ਧਿਆਨ ਵਿੱਚ ਰੱਖਿਆ ਜਾਵੇਗਾ ਜ਼ਮੀਨ ਦੀ ਲਾਗਤ ਨੂੰ ਜ਼ੀਰੋ ਗਿਣਿਆ ਜਾਵੇਗਾ ਅਜਿਹੇ ਚੂ ਈਡਬਲਯੂਐਸ ਪ੍ਰੋਜੈਕਟਾਂ ਨੂੰ ਈਡੀਸੀ ਤੋਂ ਛੋਟ ਹੋਵੇਗੀ ਡਵੈਲਪਮੈਂਟ ਆਪਣੀ ای ڈبلیو ایس ਨੂੰ ਪ੍ਰਾਪਤ ਪਾਕਟਾਂ ਵਿੱਚ ਜੋੜਨ ਦੇ ਲਈ ਘੱਟੋ ਘੱਟ 1 ਕਿਲੋਮੀਟਰ ਦੀ ਦੂਰੀ ਤੇ ਹੋਣਾ ਚਾਹੀਦਾ ਇਸ ਦਾ ਆਕਾਰ 12 ਤੋਂ 16 ਏਕੜ ਹੋਣਾ ਚਾਹੀਦਾ ਐਸਐਸ ਨਗਰ ਅਤੇ ਨਿਊ ਚੰਡੀਗੜ੍ਹ ਮਾਸਟਰ پلان ਦੇ ਰਹਾਇਸ਼ੀ ਖੇਤਰਾਂ ਵਿੱਚ ਪਹਿਲਾਂ ਤੋਂ ਨਿਰਮਾਣ ਅਧੀਨ ਮਾਸਟਰ پلان ਸੜਕਾਂ ਤੇ 5 ਏਕੜ ਤੋਂ 16 ਏਕੜ ਵਿੱਚ ਉਹਨਾਂ ਕਲੋਨੀਆਂ ਨੂੰ 4 ਕਿਲੋਮੀਟਰ ਦੇ ਅੰਦਰ ਹੀ ਹੋਣਾ ਚਾਹੀਦਾ ਸੋ ਵੱਡਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ